ਮੈਂ ਆਪਣੀ ਜੱਦੀ ਸੀਟ ਜਿਹੜੀ ਕਾਦੀਆਂ ਇੱਥੋਂ ਹੀ ਫੈਸਲਾ ਕੀਤਾ ਹੈ ਇੱਥੋਂ ਹੀ ਮੈਂ ਲੜਾਂ ਲੋਕਾਂ ਨੂੰ ਮੇਰੇ ਤੇ ਵਿਤ ਹੈ ਤਾਂ ਮੁਕਾਬਲਾ ਇਹਨਾਂ ਨੇ ਕਿਸੇ ਨੋਰ ਕੀ ਕਰਨਾ ਤੂੰ ਯਾਹ ਪੇ ਵੇਖੋ ਕੈਂਡੀਡੇਟਾਂ ਦਾ ਧਿਆਨ ਤੇ ਮਾਰੋ ਹੈ ਕੌਣ ਨੇ ਧਨ ਸਭਾ ਚ ਵੀ ਰਹਿ ਚੁੱਕੇ ਆ ਲੋਕ ਸਭਾ ਚ ਵੀ ਰਹਿ ਚੁੱਕੇ ਆ ਰਾਜ ਸਭਾ ਚ ਵੀ ਰਹਿ ਚੁੱਕੇ ਆ ਲੀ ਮੰਗਾਂ ਮੈਂ ਸਮਝਨਾ ਕਿ ਜਦੋਂ ਮੈਂ ਇੱਥੇ ਮਿਨਿਸਟਰ ਸੀ ਅੱਜ ਤੋਂ 12 14 ਸਾਲ ਪਹਿਲੇ ਤੇ ਅੱਜ ਇਹਦੇ ਵਿੱਚ ਐਕਸਪੀਰੀਐਂਸ ਸੀ ਬਹੁਤ ਵੱਡਾ ਫਰਕ ਹੈ ਪੰਜਾਬ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਵਿਖੇ ਕਾਂਗਰਸ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸਨ ਉਸ ਤੋਂ ਕੇ ਬਾਜਵਾ মিডিਆ ਅੱਗੇ ਮੁਖਤਬ ਹੋਏ ਜਿਸ ਤੇ ਰਨ ਉਹਨਾਂ ਚੋਣਾਂ ਟਿਕਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਕਿ ਹਾਈ ਕਮਾਂਡ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ ਜਿਸ ਕਰਕੇ ਬਾਜਵਾ ਆਪਣੇ ਜੱਦੀ ਹਲਕੇ ਕਾਦੀਆਂ ਤੋਂ ਹੀ ਚੋਣ ਲੜਨਗੇ ਨਾਲ ਹੀ ਉਹਨਾਂ ਤੰਜ ਕੱਸਿਆ ਪਤੇ ਜਿੰਗ ਬਾਜਵਾ ਦੇ ਟਿਕਟ ਬਾਰੇ ਪਰਮਾਤਮਾ ਹੀ ਜਾਣੇ ਨਾਲ ਹੀ ਨਾਲ ਬਾਜਵਾ ਨੇ ਕੈਪਟਨ ਤੇ ਪਾਜ ਪਾ ਦੇ ਕਠਜੋੜ ਤੇ ਕੁੱਝ ਸਵਾਲ ਚੁੱਕੇ ਕਿਹਾ ਕਾਂਗਰਸ ਦੇ ਕੈਪਟਨ ਘੋੜੇ ਤੇ ਸਵਾਰ ਸੀ ਤੇ ਹੁਣ ਕੌਣ ਕੈਪਟਨ ਨੂੰ ਘੋੜੇ ਤੇ ਸਵਾਰ ਹੋਣ ਦੇਵੇਗਾ ਇਸ ਦੇ ਚਲਦੇ ਬਾਜਵਾ ਨੇ ਕਾਂਗਰਸ ਦੇ ਸਿਫਤਾ ਵਾਲੇ ਪੁਲ ਬੰਨੇ ਤੇ ਕਿਹਾ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲਾ ਕੋਈ ਨਹੀਂ ਕਰ ਸਕਦਾ ਕਿਉਂਕਿ ਸਾਡਾ ਮੁਕਾਬਲਾ ਆਪਣੇ ਆਪ ਨਾਲ ਹੀ ਹੈ ਜਿਵੇਂ ਕਿ ਅੰਦਰੂਨੀ ਕਾਂਗਰਸ ਦੀ ਲੜਾਈਆਂ ਜਿਸ ਤੋਂ ਉਹਨਾਂ ਸਪਸ਼ਟਕਰਨ ਦਿੱਤਾ ਕਾਂਗਰਸ ਸਰਕਾਰ ਨੇ ਪੰਜਾਬ ਦੀ ਜਨਤਾ ਦੇ ਸਾਰੇ ਮੁੱਖ ਕੰਮ ਕਰਵਾਏ ਹਨ ਬਾਕੀ ਕੁਝ ਰਹਿ ਵੀ ਜਾਂਦੇ ਨੇ ਉਹ ਵੀ ਜਲਦ ਕਰਵਾ ਦਿੱਤੇ ਜਾਣਗੇ ਦੇਖੋ ਕੀ ਕੁਝ ਗਿਆ ਬਾਜਵਾ ਨੇ ਕੋਈ ਮੁੱਦੇ ਤੇ ਜਿਹੜੇ ਵੇਖੋ ਬਹੁਤ ਵੱਡੇ ਪੈਮਾਨੇ ਤੇ ਕਾਂਗਰਸ ਦੀ ਗਵਰਨਮੈਂਟ ਨੇ ਲੋਕਾਂ ਦੇ ਬਹੁਤ ਮੇਜਰ ਡਿਮਾਂਡ ਜਿੰਨੀਆਂ ਸੀ ਉਹ ਪੂਰੀਆਂ ਕਰ ਦਿੱਤੀਆਂ ਕੋਈ ਡਿਮਾਂਡ ਹਮੇਸ਼ਾ ਰਹਿੰਦੀਆਂ ਹੁੰਦੀਆਂ ਨੇ ਉਹ ਵੀ ਪੂਰੀਆਂ ਸੀ ਕਰਾਵਾਂਗੇ ਦੂਜੀ ਗੱਲ ਇਹ ਕਿ ਮੈਂ ਤੇ ਜਿਹੜੀ ਇਲੈਕਸ਼ਨ ਲੜਨੀ ਹੈ ਬਕਾਇਦਾਤ ਉਹ ਪਾਰਟੀ ਹਾਈ ਕਮਾਂਡ ਨਾਲ ਸਾਰੀ ਗੱਲ ਹੋ ਚੁੱਕੀ ਹੈ ਗ੍ਰੀਨ ਸਿਗਨਲ ਮਿਲ ਚੁੱਕੇ ਹੈ ਉਹ ਵੀ ਚਾਹਦੇ ਨੇ ਕਿ ਮੈਂ ਇੱਥੇ ਪੰਜਾਬ ਦੇ ਵਿੱਚ ਆਵਾਂ ਤੇ ਮੈਂ ਆਪਣੀ ਜੱਦੀ ਸੀਟ ਜਿਹੜੀ ਕਰਦੀਆਂ ਇੱਥੋਂ ਹੀ ਫੈਸਲਾ ਕੀਤਾ ਇੱਥੋਂ ਹੀ ਮੈਂ ਲੜਾਂਗਾ ਤੇ ਅਖੀਰਲਾ ਵਕਤ ਜ਼ਿੰਦਗੀ ਦਾ ਜਿਹੜਾ ਮੈਂ ਆਪਣਾ ਹੁਣ ਜਿੰਨੇ ਸਾਲ ਵੀ ਗੁਰੂ ਮਹਾਰਾਜ ਸਾਹਿਬ ਨੇ ਬਖਸ਼ੇ ਨੇ ਆਪਣੇ ਲੋਕਾਂ ਵਿੱਚ ਹੀ ਮੈਂ ਰਹਿਣਾ ਚਾਹਾਂਗਾ ਪਹਿਲਾਂ ਵੀ ਤੁਸੀਂ ਇਸ ਹਲਕੇ 'ਚ ਬਹੁਤ ਸਾਰੇ ਕੰਮ ਕਰਵਾਏ ਬਹੁਤ ਲੋਕ ਤੁਹਾਡਾ ਨਕਰੇ ਰਿਹਾ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਦਾ ਕੋਈ ਜਿਹੜਾ ਹੋਰ ਕੋਈ ਉਮੀਦਵਾਰ ਮੁਕਾਬਲੇ ਚ ਕਿਹੜੀ ਪਾਰਟੀ ਦਾ ਲੱਗਦਾ ਇਹ ਵੇਖੋ ਮੈਨੂੰ ਤੇ ਜਾਪਦਾ ਸਾਡਾ ਮੁਕਾਬਲਾ ਆਪਣੇ ਆਪ ਚ ਹੀ ਹੈ ਕਾਂਗਰਸ ਨਾਲ ਲਈ ਦੂਜਾ ਮੁਕਾਬਲਾ ਕਿਸੇ ਨੇ ਕੀ ਕਰਨਾ ਜੀ ਅਕਾਲੀ ਦਲ ਜਿਹੜੀ ਹੈ ਉਹ ਤੇ ਬੇਅਦਬੀਆਂ ਦੇ ਕੇਸਾਂ ਤੋਂ ਅਜੇ ਬਾਹਰ ਨਹੀਂ ਆ ਰਹੀ ਨਸ਼ਿਆਂ ਵਾਲੇ ਕੇਸਾਂ ਤੋਂ ਬਾਹਰ ਨਹੀਂ ਆ ਰਹੀ ਜਿਹੜੇ ਕਾਲੇ ਕਾਨੂੰਨਾਂ ਦੇ ਵਿੱਚ ਭਾਜਪਾ ਸਰਕਾਰ ਦੀ ਜਿਹੜੀ ਡਾਇਰੈਕਟਲੀ ਮਦਦ ਕਰਕੇ ਕਾਲੇ ਕਾਨੂੰਨ ਆਏ ਨੇ ਅੱਜ 14 ਮਹੀਨੇ ਸਾਡੇ ਕਿਸਾਨ ਵੀਰਾਂ ਨੂੰ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਸਾਰਿਆਂ ਨੂੰ 700 ਤੋਂ ਵੱਧ ਸ਼ਹਾਤਾ ਹੋਈਆਂ ਜਿਹਦੇ ਵਾਸਤੇ ਮੈਂ ਸਿੱਧੇ ਤੌਰ ਬਦਲ ਪਰਿਵਾਰ ਨੂੰ ਮਾਨਣਾ ਜਿਹੜੀ ਸ਼ਹਾਦਤ ਹੋਈ ਹੈ ਲੱਖਾਂ ਕਰੋੜਾਂ ਖਰਚੇ ਗਏ ਨੇ ਲੱਖਾਂ ਕਰੋੜਾਂ ਅਰਬਾਂ ਦੀ ਮੂਵਮੈਂਟ ਹੋਈ ਹੈ ਉਹ ਜਿਹੜੀ ਖੱਜਲ ਖਰਾਬੀ ਕਿਸਾਨਾਂ ਦੀ ਹੋਈ ਇੱਕ ਵਾਰ ਜਿਹੜੀਆਂ ਸਾਡੀਆਂ ਜ਼ਮੀਨਾਂ ਖੁਸਨ ਤੱਕ ਆ ਗਈਆਂ ਸੀ ਉਹਦਾ ਸਿੱਧੇ ਤੌਰ ਜ਼ਿੰਮੇਵਾਰ ਜੇ ਕੋਈ ਹੈ ਤੇ ਉਸ ਆ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸਰਦਾਰਨੀ ਹਰਸਿਮਰਤ ਕੌਰ ਬਾਦਲ ਇਹ ਬਿੱਲੀ ਥੈਲਿਓ ਬਾਹਰ ਆ ਚੁੱਕੀ ਤੋ ਇਸ ਗੱਲ ਕਰ ਕਿਹੜੇ ਮੁੱਦੇ ਤੇ ਪੇ ਮੰਗਣ ਕੇ ਵੋਟਾਂ ਤੇ ਦੂਜੀ ਗੱਲ ਇਥੇ ਹੈ ਇਹ ਤੇ ਅਸੈਂਬਲੀ ਹਲਕਾ ਜਿਹੜਾ ਹੈ ਇਥੇ ਚ ਸੇਵਾ ਕੀਤੀ ਹੈ ਸਾਡਾ ਪਿਆਰ ਹਰ ਘਰ ਦੇ ਵਿੱਚ ਲੋਕਾਂ ਨੂੰ ਮੇਰੇ ਤੇ ਫੇਥ ਹੈ ਤੋ ਮੁਕਾਬਲਾ ਇਹਨਾਂ ਨੇ ਕਿਸੇ ਨੂੰ ਹੋਰ ਕੀ ਕਰਨਾ ਤੂੰ ਆਪੇ ਵੇਖੋ ਕੈਂਡੀਡੇਟਾਂ ਦਾ ਧਿਆਨ ਤੇ ਮਾਰੋ ਹੈ ਕੌਣ ਨੇ ਭਜਾ ਸਾਹਿਬ ਜੀ ਥੋੜਾ ਜਿਹਾ ਕੋਈ ਸਾਹਮਣੇ ਕੈਂਡੀਡੇਟ ਮੇਰੇ ਨਾਲ ਐਕਸਪੀਰੀਅੰਸ ਆ ਰਿਹਾ ਚਾਰ ਚੀਫ ਮਿਨਿਸਟਰਾਂ ਦੇ ਨਾਲ ਪੰਜਾਬਦਿਆਂ ਨਾਲ ਮੈਂ ਇਥੇ ਐਜ਼ ਮਿਨਿਸਟਰ ਇੱਕ ਸੇਵਾਦਾਰ ਵਜੋਂ ਪੰਜਾਬ ਦੀ ਸੇਵਾ ਕਰ ਚੁੱਕਾ ਹਾਂ ਰੇਅਰਸਟ ਆਫ ਰੇਅਰ ਆਨਰ ਹੈ ਜਿਹਦਾ ਮੈਂ ਗੁਰੂ ਮਹਾਰਾਜ ਸਾਹਿਬ ਦਾ ਤੇ ਆਪਣੇ ਲੋਕਾਂ ਦਾ ਮਸ਼ਕੂਰ ਹਾਂ ਕਿ ਮੈਂ ਵਿਧਾਨ ਸਭਾ ਚ ਵੀ ਰਹਿ ਚੁੱਕੇ ਹਾਂ ਲੋਕ ਸਭਾ ਚ ਵੀ ਰਹਿ ਚੁੱਕੇ ਹਾਂ ਰਾਜ ਸਭਾ ਚ ਵੀ ਰਹਿ ਚੁੱਕੇ ਹਾਂ ਰੇਅਰਸਟ ਆਫ ਰੇਅਰ ਹੈ ਕਿ ਕੋਈ ਇੱਕ ਵਿਅਕਤੀ ਸਾਰੀਆਂ ਤਿੰਨੋਂ ਸਭਾ ਦਾ ਉਹਨੂੰ ਮੌਕਾ ਮਿਲਿਆ ਹੋਵੇ ਸੇਵਾ ਕਰਨ ਦਾ ਐਕਸਪੀਰੀਅੰਸ ਬਹੁਤ ਸਾਰਾ ਦਿੱਲੀ ਦਾ ਐਕਸਪੀਰੀਅੰਸ ਜਿਹੜਾ ਉਹ ਮੈਂ ਇੱਥੇ ਵਾਪਸ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਦੀ ਬਿਹਤਰੀ ਵਾਸਤੇ ਆਪਣੀ ਪਾਰਟੀ ਦੀ ਵਹਿਤਰੀ ਵਾਸੇ ਆਪਣੇ ਏਰੀਆ ਦੀ ਵਹਿਤਰੀ ਵਾਸੇ ਆਵਾਂਗਾ ਮੈਂ ਸਮਝਦਾ ਕਿ ਜਦੋਂ ਮੈਂ ਇੱਥੇ ਮਿਨਿਸਟਰ ਸੀ ਅੱਜ ਤੋਂ 12-14 ਸਾਲ ਪਹਿਲੇ ਤੇ ਅੱਜ ਇਹਦੇ ਵਿੱਚ ਐਕਸਪੀਰੀਐਂਸ ਦੀ ਬਹੁਤ ਵੱਡਾ ਫਰਕ ਹੈ ਅਸੀਂ ਆਵਾਂਗੇ ਤਾਂ ਤੁਸੀਂ ਵੇਖੋਗੇ ਕਿ ਕਿਸ ਤਰ੍ਹਾਂ ਮੈਂ ਮੇਰਾ ਸਾਰ ਨੂੰ ਵੱਡਾ ਮੈਂ ਸਮਝਦਾ ਕਿ ਮੇਰੀ ਕੋਸ਼ਿਸ਼ ਹੋਏਗੀ ਕਿ ਇਹ ਜਿਹੜੀ ਸ਼ਖਲ ਹੈ ਪੰਜਾਬ ਦੀ ਬਦਲੀ ਜਾਏ ਦੂਸਰੀ ਗੱਲ ਕਿ ਦੂਜੀ ਹਰੀ ਕ੍ਰਾਂਤੀ ਜਿਹੜੀ ਜਿਹਦੀ ਸਾਰ ਨੂੰ ਵੱਡੀ ਅੱਜ ਪੰਜਾਬ ਨੂੰ ਲੋ ਉਹਦੇ ਵਿੱਚ ਅਸੀਂ ਮੈਂ ਵੱਡਾ ਆਪਣਾ ਯੋਗਦਾਨ ਪਾ ਸਕਾਂ ਅਸ ਟਾਈਮ ਵੀ ਜਿਹੜੀ ਸਟੈਂਡਿੰਗ ਕਮੇਟੀ ਓਨ ਐਗਰੀਕਲਚਰ ਉਹਦਾ ਮੈਂ ਮੈਂਬਰ ਐ ਐਂਡ ਤਿੰਨੋਂ ਵਾਰ ਜਦੋਂ ਵੀ ਓਪੋਜੀਸ਼ਨ ਵੱਲੋਂ ਕਿਸਾਨਾਂ ਦੀ ਗੱਲ ਕਰਨ ਦਾ ਮੌਕਾ ਮਿਲਿਆ ਸਾਰਿਆਂ ਨਾਲ ਪਹਿਲੇ ਓਪੋਜੀਸ਼ਨ ਵੱਲੋਂ ਮੇਰੀ ਪਾਰਟੀ ਨੇ ਮੈਨੂੰ ਹੀ ਮੌਕਾ ਦਿੱਤਾ ਜਦੋਂ ਕਾਨੂੰਨ ਲਾਗੂ ਕੀਤੇ ਉਸ ਦਿਨ ਉਸ ਤੋਂ ਬਾਅਦ ਫਿਰ ਪਾਰਲੀਮੈਂਟ ਦੇ ਵਿੱਚ ਬਹਿਸ ਹੋਈ ਜਦੋਂ ਲਾਗੂ ਹੋ ਚੁੱਕੇ ਸੀ ਉਦੋਂ ਤੇ ਉਸ ਤੋਂ ਬਾਅਦ ਹੁਣ ਜੋ ਵਾਪਸ ਹੋਏ ਨੇ ਉਸ ਤੋਂ ਪਹਿਲੇ ਵੀ ਤੋਂ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਕੁਦਰਤ ਨੇ ਮੈਨੂੰ ਮੌਕਾ ਦਿੱਤਾ ਹੈ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਤੁਹਾਡਾ ਪਹਿਲਾਂ ਹੀ ਇੱਥੇ 6 ਮਹੀਨੇ ਪਹਿਲਾਂ ਵੀ ਤੁਹਾਡੀ ਨੁਮਾਇੰਦਗੀ ਪੰਜਾਬ ਨੂੰ ਲੈ ਕੇ ਕੋਟਿੰਗ ਲੱਗੇ ਸਨ ਲੋਕਾਂ ਦਾ ਚਾਹ ਵਾ ਕਿ ਸਾਡੇ ਜ਼ਿਲ੍ਹੇ ਦਾ ਇੱਕੋ ਇੱਕ ਕੱਦ ਐ ਸਾਹ ਵਾ ਜਿਹੜਾ ਪੰਜਾਬ ਲੈਵਲ ਤੇ ਨੈਸ਼ਨਲ ਲੈਵਲ ਦਾ ਲੀਡਰ ਹੈ ਲੋਕਾਂ ਦੀ ਆਸ ਉਮੀਦ ਈਸਵਰ ਬੂਰ ਪਏਗਾ ਕਿਉਂ ਨਹੀਂ ਪਏਗਾ ਜੀ ਬੂਰ ਤੇ ਹਮੇਸ਼ਾ ਵੇਖੋ ਸਾਡਾ ਕੰਮ ਹੈ ਮਿਹਨਤ ਕਰਨੀ ਤੇ ਬੂਰ ਪਾਣਾ ਤੇ ਪ੍ਰਮਾਤਮਾ ਦੇ ਹੱਥੇ ਚੰਦਾ ਹੈ ਬਾਕੀ ਤੁਹਾਡੇ ਮੱਥੇ ਦੀਆਂ ਲਕੀਰਾਂ ਹੁੰਦੀਆਂ ਉਹਦੇ ਬਾਰੇ ਤੇ ਮੈਂ ਕੋਈ ਪੋਲਿਟਿਕਲ ਪੰਡਿਤ ਨਹੀਂ ਕਿ ਮੈਂ ਇਹ ਦੱਸ ਸਕਾਂ ਕਿ ਕੱਲ ਨੂੰ ਕੀ ਹੋਣਾ ਬਟ ਮੈਂ ਸਮਝਦਾ ਕਿ ਜੇ ਚੰਗਾ ਬੀਜੋਗੇ ਤੇ ਚੰਗਾ ਵੱਢੋਗੇ ਮੈਂ ਤੇ ਇਸ ਗੱਲ 'ਚ ਵਿਸ਼ਵਾਸ ਕਰਨਾ ਚੰਗਾ ਬੀਜੋ ਚੰਗਾ ਵੱਢੋ ਗੁਰੂ ਮਾਰਾ ਸਾਹਿਬ ਦੀ ਅਮਾਨਦਾਰੀ ਨਾਲ ਆਪਣੇ ਲੋਕਾਂ ਦੀ ਆਪਣੇ ਸੂਬੇ ਦੀ ਆਪਣੀ ਕੌਮ ਦੀ ਜਿਹੜੀ ਹੈ ਉਹਦੀ ਸੇਵਾ ਕਰੋ ਤੇ ਆਪਣੇ ਆਪ ਹੀ ਭੂਰ ਪੈਂਦਾ ਹੈ ਜੀ ਹਾਂਜੀ ਗੱਟ ਜੋੜ ਦੀ ਗੱਲ ਹੋ ਰਹੀ ਹੈ ਕਿ ਬੀਜੇਪੀ ਦੇ ਨਾਲ ਕੈਪਟਨ ਔਰ ਟੀਮ ਸਾਹ ਜੋੜ ਕਰ ਚੁੱਕੇ ਨੇ ਕਿਸ ਤਰੀਕੇ ਨਾਲ ਦੇਖ ਦਿਓ ਇਸ ਗੱਟ ਜੋ ਨੂੰ ਕਿ ਬਈ ਬੀਜੇਪੀ ਨੂੰ ਤਾਂ ਨਕਾਰ ਚੁੱਕੇ ਨੇ ਲੋਕ ਪੰਜਾਬ ਵਿੱਚ ਦੇਖੋ ਗੱਲ ਇਸ ਨੇ ਹਰ ਪੋਲੀਟਿਕਲ ਪਾਰਟੀ ਕੋਸ਼ਿਸ਼ ਕਰਦੀ ਹੈ ਬਟ ਮੈਂ ਸਮਝਦਾ ਕਿ ਕੈਪਟਨ ਸਾਹਿਬ ਜਿਹੜੇ ਨੇ ਕੈਪਟਨ ਸਾਹਿਬ ਘੋੜੇ ਤੇ ਬੈਠੇ ਹੋਏ ਸਵਾਰ ਨਹੀਂ रह ਸਕੀ ਤੇ ਨਵੇਂ ਸਿਰੇ ਉਹਨਾਂ ਨੂੰ ਸਵਾਰ ਕੌਣ ਹੁੰਦਾ ਹੈਗਾ ਸੋ ਇਸ ਗੱਲ ਕਰਨ ਉਸ ਕੋਈ ਮੇਜਰ ਕੋਈ ਇਹੋ ਜਿਹੀ ਮੈਨੂੰ ਨਜ਼ਰ ਨਹੀਂ ਆ ਰਹੀ ਕੋਈ ਪਾਰਟੀ ਇਹੋ ਜਿਹੀ ਜਿਹੜੀ ਵਿਦ ਪ੍ਰੋਮਿਸ ਪੰਜਾਬ ਦੀ ਬਿਹਤਰੀ ਵਾਸਤੇ ਰਾਜ ਕਰ ਸਕੇ ਕਾਲੀ ਦਲ ਤੇ ਲੋਕਾਂ ਨੂੰ ਫੇਤ ਹੈ ਨਹੀਂ ਆਪ ਨੇ ਅਜ ਤੱਕ ਚਿਹਰਾ ਕੋਈ ਨਹੀਂ ਦਿੱਤਾ ਭਾਜਪਾ ਕੋ ਜਿਹੜਾ ਚਿਹਰਾ ਉਹ ਲੋਕਾਂ ਵੱਲੋਂ ਹੀ ਪਾਰਟੀ ਵੱਲੋਂ ਹੀ ਉਹ ਉਹਦੀ ਰਿਜੈਕਸ਼ਨ ਹੋ ਚੁੱਕੀ ਹੈ ਸੋ ਮੈਂ ਸਮਝਦਾ ਕਿ ਇਥੇ ਕਾਂਗਰਸ ਦੀ ਗਵਰਨਮੈਂਟ ਫੇਰ ਜਿਸ ਤਰ੍ਹਾਂ ਪਿਛਲੀ ਵਾਰ ਜ਼ੋਰ ਨਾਲ ਆਈ ਸੀ ਉਸ ਤਰ੍ਹਾਂ ਹੀ ਆਏਗੀ ਉਹਦੇ ਵਿੱਚ ਅਸੀਂ ਕੰਟ੍ਰਿਬਿਊਟ ਕਰਾਂਗੇ ਚਮਤਕਾਰ ਹੁੰਦੇ ਨੇ ਦੇਖੋ ਆਪਣੀਆਂ ਅੱਖਾਂ ਸਾਹਮਣੇ ਤਿੰਨ ਘੰਟੇ ਚ ਹਰ ਪਰੇਸ਼ਾਨੀ ਦਾ ਹੱਲ ਪਾਓ ਸੱਤ ਇਲਮਾ ਦੇ ਮਾਹਿਰ ਦਿਵਾਂਸ਼ੂ ਜੋਸ਼ੀ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕੱਟਣ ਵਾਲੇ ਨੂੰ ਮੂੰ ਮੰਗਿਆ ਇਨਾਮ ਪਰੇਸ਼ਾਨੀ ਜਿਵੇਂ ਮਨਚਾਹ ਪਿਆਰ ਪਤੀ ਪਤਨੀ ਚੰਬਣ ਕਾਲੇ ਜਾਦੂ ਦਾ ਖਾਤਮਾ ਬਿਮਾਰੀ ਦਵਾਈ ਨਾਲ ਲਗਣ ਵਸ਼ੀਕਰਨ ਕਰਵਾਓ ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ ਧੋਖੇबाज ਪ੍ਰੇਮੀ ਪ੍ਰੇਮਿਕਾ ਸੋਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ